ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਦਾ ਸਾਰੇ ਭਰਾ ਇਕੱਠੇ ਖੜੇ ਆ ਸੰਘਰਸ਼ ਹੈ ਤੁਹਾਨੂੰ ਸਭ ਨੂੰ ਪਤਾ ਚੱਲ ਰਿਹਾ ਔਰ ਇਹ ਕੱਲੇ ਵੀ ਪੱਕੀ ਲੈ ਕੇ ਚੜ੍ਹਦੀ ਕਲਾ ਚੱਲ ਰਿਹਾ ਹੁਣ ਜਿਵੇਂ ਜਿਵੇਂ ਅਨਾਊਂਸਮੈਂਟ ਵਧੀ ਜਾਂਦੀ ਹੈ ਰਸ਼ ਵਧੀ ਜਾਂਦਾ ਹੈ ਲੋਕਾਂ ਦਾ ਜਜ਼ਬਾ ਵੱਧ ਰਿਹਾ ਪੰਜਾਬ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਜਿੱਥੋਂ ਜਿੱਥੋਂ ਵੀ ਸੈਨਿਕ ਨੂੰ ਪਤਾ ਲੱਗ ਰਿਹਾ ਸਾਰੇ ਆ ਰਹੇ ਹੈ ਔਰ ਬਾਰਡਰ ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਸੋ ਇੱਕ ਪਿੰਡ ਬਣ ਗਿਆ ਹੁਣ ਇਹ ਤੁਸੀਂ ਸਮਝੋ ਗੱਲ ਨੂੰ ਪਿੰਡ ਬਣ ਗਿਆ ਹੁਣ ਪਿੰਡ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਘਰਾਂ ਚਾਹੀਦੀਆਂ ਹੁੰਦੀਆਂ ਰੋਜ਼ ਉਹ ਚੀਜ਼ਾਂ ਹੁਣ ਇੱਥੇ ਨਹੀਂ ਚਾਹੀਦੀਆਂ ਤਾਂ ਬੇਸ਼ੱਕ ਬਹੁਤ ਸਾਰੇ ਸੱਜਣ ਜਿਹੜੇ ਕੰਟਰੀਬਿਊਟ ਕਰ ਰਹੇ ਆ ਕੋਈ ਤੋੜ ਨਹੀਂ ਹੈ ਇੱਥੇ ਚੀਜ਼ਾਂ ਦੀ ਪਰ ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਜਿੱਥੇ ਜਿੱਥੇ ਵੀ ਬੈਠੇ ਹੋ ਭਾਵੇਂ ਬਾਹਰਲੇ ਮੁਲਕਾਂ 'ਚ ਬੈਠੇ ਹੋ ਭਾਵੇਂ ਇੰਡੀਆ ਦੇ ਕਿਸੇ ਸਟੇਟ 'ਚ ਬੈਠੇ ਹੋ ਕੁਛ ਚੀਜ਼ਾਂ ਹੈ ਹਰ ਸਪਾਨ ਹੁਣ ਬੋਲ ਕੇ ਦੱਸਦਾ ਇਹ ਚੀਜ਼ਾਂ ਹੁਣ ਇੱਥੇ ਜਦੋਂ ਤੱਕ ਇਹ ਸੰਘਰਸ਼ ਚੱਲੂਗਾ ਇੱਥੇ ਚਾਹੀਦੀਆਂ ਹੋਣਗੀਆਂ ਸਾਡੇ ਪਿਓਾਂ ਨੂੰ ਸਾਡੀਆਂ ਮਾਵਾਂ ਨੂੰ ਭੈਣ ਭਰਾਵਾਂ ਨੂੰ ਛੋਟੇ ਬੱਚਿਆਂ ਨੂੰ ਸਭ ਨੂੰ ਚਾਹੀਦੀਆਂ ਹੋਣਗੀਆਂ ਆਹ ਚੀਜ਼ਾਂ ਸੁਣਿਓ ਇਹਦੇ 'ਚ ਕੁਛ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਭੇਜਣ ਦੇ ਯੋਗ ਆ ਜਾਂ ਭੇਜਣਾ ਚਾਹੁੰਦੇ ਹੋ ਤਾਂ ਸਾਡੀ ਹੱਥ ਜੋੜ ਕੇ ਸਭ ਭਰਾਵਾਂ ਦੀ ਇਸ ਪੂਰੇ ਸੰਘਰਸ਼ ਦੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਇਹ ਚੀਜ਼ਾਂ ਜ਼ਰੂਰ ਭੇਜੋ ਹੋਰ ਹੱਥ ਦੀ ਚੀਜ਼ਾਂ ਹਾਂਜੀ ਪਹਿਲਾਂ ਤਾਂ ਤੁਸੀਂ ਬਈ ਸਟੇਜਾਂ ਅਨਾਊਂਸ ਕਰਾ ਲਓ ਪੰਜ 6 ਸਟੇਜਾਂ ਨੇ ਜੀ ਵਿਕਰੀ ਬਾਰਡਰ ਦੇ ਉੱਤੇ ਲੱਗੀਆਂ ਹੋਈਆਂ ਨੇ ਜਿਹਦੇ ਵਿੱਚੋਂ ਪੰਜ ਸਟੇਜਾਂ ਦਾ ਉਗਰਾਹਾਂ ਦੀਆਂ ਨੇ ਸਿੱਧੂ ਕੁਲ ਦੀ ਸਾਂਝੀ ਸਟੇਜ ਆ ਤੇ ਉਸ ਤੋਂ ਬਾਅਦ ਜਿਹੜੀਆਂ ਆਪਣਾ ਕੁੰਡਲੀ ਬਾਰਡਰ ਤੇ ਸਟੇਜਾਂ ਲੱਗੀਆਂ ਹੋਈਆਂ ਨੇ ਉਸ ਤੋਂ ਬਾਅਦ ਗਾਜ਼ੀਆਬਾਦ ਆ ਤੇ ਪਲਵਲ ਪਲਵਲ ਇੱਕ ਸਟੇਜ ਨਾ ਇਹ ਸਾਰੇ ਕਿਤੇ ਜਿੱਥੇ ਵੀ ਤੁਸੀਂ ਪਹੁੰਚਾ ਸਕਦੇ ਹੋ ਇਹਨਾਂ ਚੀਜ਼ਾਂ ਦੇ ਵਿੱਚੋਂ ਲੋੜੀਂਦਾ ਚੀਜ਼ਾਂ ਨਾ ਮੈਂ ਦੱਸ ਦੇਣਾ ਕੁਝ ਚੀਜ਼ਾਂ ਜਿਹਦੇ ਵਿੱਚੋਂ ਸਟੇਜ ਦੇ ਉੱਪਰ ਵਿਸ਼ਨ ਵਾਲੇ ਹਰੇ ਮੈਟ ਨੇ ਉਸ ਤੋਂ ਬਾਅਦ ਸਾਊਂਡ ਸਿਸਟਮ ਆ ਜਿਹਦੇ ਵਿੱਚ ਸਪੀਕਰ ਆ ਜਾਂਦਾ ਮਾਈਕ ਆ ਜਾਂਦਾ ਐਂਪਲੀਫਾਇਰ ਆ ਜਾਂਦਾ ਬਜ਼ੁਰਗਾਂ ਲਈ ਗਰਮ ਜਰਾਬਾਂ ਬੂਟ ਸ਼ਾਲ ਉਹ ਤੁਸੀਂ ਟਰਾਲੀਆਂ ਦੇ ਵਿੱਚ ਆ ਕੇ ਦੇ ਸਕਦੇ ਹੋ ਜਾਂ ਡਾਇਰੈਕਟ ਕਿਸੇ ਜਥੇਬੰਦੀ ਨੂੰ ਆ ਕੇ ਦੇ ਦਿਓ ਉਹ ਵੰਡ ਦੇਣਗੇ ਗੱਦੇ ਦੇ ਰਜਾਈਆਂ ਹੋ ਗਈਆਂ ਉਸ ਤੋਂ ਬਾਅਦ ਸੁੱਕੀਆਂ ਲੱਕੜਾਂ ਹੋ ਗਈਆਂ ਬਾਲਣ ਵਾਸਤੇ ਕਿਉਂਕਿ ਠੰਡ ਬਹੁਤ ਆ ਇਹਨਾਂ ਦਿਨਾਂ ਦੇ ਵਿੱਚ ਸੁੱਕਾ ਰਾਸ਼ਨ ਹੋ ਗਿਆ ਦਾਲਾਂ ਚੀਨੀ ਤੇ ਚਾਹ ਜੋ ਵੀ ਹੋਰ ਸੁੱਕਾ ਰਾਸ਼ਨ ਹੁੰਦਾ ਛੋਲੇ ਹੋ ਗਏ ਡੀਜ਼ਲ ਦੇ ਪੈਟਰੋਲ ਸੋ ਟਰੈਕਟਰਾਂ ਵਾਸਤੇ ਗੱਡੀਆਂ ਵਾਸਤੇ ਕਿਉਂਕਿ ਵਾਪਸ ਜਾ ਰਹੇ ਨੇ ਜਿਹੜੇ ਟਰੈਕਟਰ ਰਾਸ਼ਨ ਲੈਣ ਲਈ ਜਾਂ ਉਧਰੋਂ ਆ ਰਹੇ ਨੇ ਉਹਨਾਂ ਵਾਸਤੇ ਡੀਜ਼ਲ ਤੇ ਪੈਟਰੋਲ ਸੋ ਇਹ ਮੁੱਖ ਲੋੜਾਂ ਨੇ ਜੀ ਤੇ ਇਹਦੇ ਵਿੱਚੋਂ ਕੋਈ ਵੀ ਚੀਜ਼ ਤੁਸੀਂ ਭੇਜ ਸਕਦੇ ਹੋ ਤਾਂ ਜ਼ਰੂਰ ਭੇਜੋ ਬਾਕੀ ਸਾਡੇ ਡਾਕਟਰ ਸਾਹਿਬ ਯੂਐਸਏ ਤੋਂ ਆਏ ਨੇ ਸਵੈ ਮਾਨ ਬਾਈ ਸੋ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਕੱਲ ਪਰਸੋਂ ਬਾਈ ਹੋਰੀ ਉਤਰੇ ਨੇ ਤੇ ਇੱਥੇ ਇਹਨਾਂ ਨੇ ਕੈਂਪ ਲਾਇਆ ਆਪਾਂ ਦਵਾਈਆਂ ਦਾ ਤੇ ਦਵਾਈਆਂ ਦੇ ਰਹੇ ਨੇ ਤੁਸੀਂ ਭਾਈ ਜੀ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਵੀਰ ਜੀ ਮੈਨੂੰ 20 ਦਿਨ ਹੋ ਗਏ ਇੱਥੇ ਆਇਆ ਨਾ ਤੇ ਇੰਡੀਆ 'ਚ ਤੇ ਤੁਹਾਡਾ ਜੋ ਫੋਲੋ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਮੈਨੂੰ ਵੀ NRI ਵੀ ਬਹੁਤ ਪੁੱਛਦੇ ਆ ਕੀ ਅਸੀਂ ਦੇ ਸਕਦੇ ਹਾਂ ਸੋ ਮੈਂ ਸਵੇਰੇ ਵੀ ਉਹ ਬੇਨਤੀ ਆਪਣੇ ਗਰੁੱਪਾਂ 'ਚ ਪਾਈ ਸੀ NRI ਦੇ ਕਿ ਤੁਸੀਂ ਇੱਦਾਂ ਸੋਚੋ ਕਿ ਤੁਹਾਡੀ ਮਾਂ ਇੱਥੇ ਆਈ ਆ ਤੁਹਾਡਾ ਪਿਓ ਇੱਥੇ ਆਇਆ ਤੁਹਾਡਾ ਭਰਾ ਤੁਹਾਡੀ ਭੈਣ ਇੱਥੇ ਆਈ ਆ ਤੇ ਉਹਨਾਂ ਨੂੰ ਕੀ ਲੋੜ ਹੋ ਸਕਦੀ ਕਿਉਂਕਿ ਮੈਂ 8 ਟਰਾਲੀਆਂ ਤੇ ਗਿਆ ਸਵੇਰੇ ਮੈਂ ਸਾਰਿਆਂ ਨੂੰ ਪੁੱਛਿਆ ਵੀਰ ਤੁਹਾਨੂੰ ਕੀ ਚਾਹੀਦਾ ਕਹਿੰਦੇ ਚੜ੍ਹਦੀ ਕਲਾ ਕਿਉਂਕਿ ਪੰਜਾਬੀ ਆ ਮੰਗਦੇ ਨਹੀਂ ਰਾਜੇ ਆ ਉਹਨਾਂ ਨੇ ਮੰਗਣਾ ਨਹੀਂ ਸੋ ਆਪਾਂ ਸਾਡੀ ਮਾਂ ਭੈਣ ਇੱਥੇ ਆਈ ਹੋਵੇ ਸਾਡਾ ਭਰਾ ਆਇਆ ਹੋਵੇ ਸਾਡਾ ਪਿਓ ਇੱਥੇ ਆਇਆ ਹੋਵੇ ਅਸੀਂ ਉਹਨਾਂ ਨੂੰ ਕੀ ਮੰਗਾ ਹੋ ਸਕਦੀ ਆ ਕਿਉਂਕਿ ਲੈਟ ਇਹਨਾਂ ਦੀ ਬਹੁਤ ਘੱਟ ਹੈ ਕੋਈ ਵੱਡੀ NGO ਅਮਰੀਕਾ ਤੋਂ ਕੈਨੇਡਾ ਤੋਂ ਸਾਡੇ ਗੁਰਦੁਆਰਾ ਸਾਹਿਬ ਨਿਊਯਾਰਕ ਦੇ ਆਪਾਂ ਇਹ ਸੋਚੀ ਕੈਲੀਫੋਰਨੀਆ ਦਾ ਆਪਾਂ ਨਿਊ ਅਸੀਂ ਰਹਿਣਾ ਆ ਸਾਨੂੰ ਕੀ ਘੱਟ ਪੈਸੇ ਇਹ 6 ਮਹੀਨੇ ਲਈ ਕਿਤੇ ਜਾਂਦੇ ਆ ਸੋ ਵੱਧ ਤੋਂ ਵੱਧ ਆ ਜਿਹੜੀਆਂ ਲੈਟਰੀਨਾਂ ਦੀ ਪ੍ਰੋਬਲਮ ਬਹੁਤ ਵੱਡੀ ਆ ਕਿਸੇ ਸਫਾਈ ਕਰਨ ਵਾਲੇ ਨੂੰ ਇੱਥੇ ਭੇਜੋ ਕਿ ਇੱਥੇ ਸਫਾਈ ਕਰ ਸਕਣ ਵੱਡੇ ਕੋਈ 10 20 30 40 ਲੋਕ ਆਉਣ ਇੱਥੇ ਸਫਾਈਆਂ ਕਰਨੀਆਂ ਸ਼ੁਰੂ ਕਰ ਦੇਣ ਸੋ ਇਹੋ ਜਿਹੀਆਂ ਗੱਲਾਂ ਬਾਕੀ ਗੱਦੇ ਹੁਣ ਆ ਵੇਖੋ 2 ਦਿਨ ਪਹਿਲਾਂ ਇੱਥੇ ਮੀਂਹ ਬਹੁਤ ਪਿਆ ਕਿੰਨਾ ਨੁਕਸਾਨ ਹੋਇਆ ਟਰਾਲੀਆਂ ਦਾ ਪਰ ਵੀਰਾਂ ਨੇ ਕੋਈ ਮੰਗ ਨਹੀਂ ਰੱਖੀ ਪਰ ਜੇ ਤਰਪਾਲਾਂ ਦਾ ਕੰਮ ਹੋ ਜੇ ਰਜਾਈਆਂ ਦਾ ਕੰਮ ਹੋ ਜੇ ਕੰਬਲਾਂ ਦਾ ਕੰਮ ਹੋ ਜੇ ਇਹੋ ਜਿਹੀਆਂ ਚੀਜ਼ਾਂ ਜੇ ਆਪਾਂ ਭੇਜ ਸਕਦੇ ਆ ਤੇ ਬਹੁਤ ਜ਼ਿਆਦਾ ਮਿਹਰਬਾਨੀ ਹੋਵੇ ਬਸ ਆਹੀ ਆ ਗੱਲਾਂ ਸੀਗੀਆਂ ਇਹਨੂੰ ਜ਼ਰੂਰ ਵਿਚਾਰਿਓ ਬਾਕੀ ਰਸੋਈ ਵਾਲਾ ਜਿੰਨਾ ਅਰਫ ਨੇ ਬੋਲਿਆ ਘਰੇ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਜ਼ਰੂਰ ਤੁਸੀਂ ਆਪਣਾ ਥੋੜੀ ਛੋਟੀ ਜਿਹੀ ਡਿਸਕਸ਼ਨ ਕਰ ਲਓ ਇੱਕ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਰਸੋਈ ਸਾਨੂੰ ਚਾਹੀਦੀਆਂ ਕਿਉਂਕਿ ਰੋਜ਼ ਦਾਲ ਸਬਜ਼ੀਆਂ ਬਣਦੀਆਂ ਪ੍ਰਸ਼ਾਦੇ ਲੈਂਦੇ ਆ ਹੋਰ ਵੀ ਬਹੁਤ ਸਾਰੀਆਂ ਚਾਹਾਂ ਬਣਦੀਆਂ ਸੋ ਰਸੋਈ 'ਚ ਜੋ ਵੀ ਜਿਹੜੀਆਂ ਮੇਜਰ ਚੀਜ਼ਾਂ ਨੇ ਉਹ ਸਾਰੀਆਂ ਤੇ ਗੌਰ ਕਰ ਲਿਓ ਤੇ ਬਸ ਇਹ ਹੈ ਕਿ ਸੋਚਣ ਦਾ ਟਾਈਮ ਥੋੜਾ ਲਿਓ ਅੱਜ ਤੋਂ ਹੀ ਸ਼ੁਰੂ ਕਰ ਲਿਓ ਜਿੱਥੋਂ ਜਿੱਥੋਂ ਵੀ ਜੋ ਆਉਣਾ ਆਪਾਂ ਮੈਂ ਕਹਿੰਦਾ ਕੁਝ ਨੰਬਰ ਵੀ ਬੋਲ ਦਿਓ ਮੇਨ ਚੀਜ਼ ਇੱਕ ਇਹ ਆ ਵੀ ਇੱਕ ਜਿਹੜੀਆਂ ਅਫਵਾਹਾਂ ਨਾ ਉਹਨਾਂ ਤੋਂ ਬਚੋ ਕਿ ਇੱਥੇ ਕੋਈ ਧਰਮ ਚ ਪਾੜ ਪਾਉਂਦਾ ਜਾਂ ਕੋਈ ਸਟੇਜਾਂ ਤੇ ਰੌਲਾ ਇੱਥੇ ਸਾਰੇ ਇੱਕ ਨੇ ਗਰਾਊਂਡ ਤੇ ਬਹੁਤ ਪੀਸਫੁਲ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਾ ਕਿਸੇ ਜਥੇਬੰਦੀ ਦਾ ਨਾ ਲੋਕਾਂ ਦਾ ਨਾ ਸਟੇਜਾਂ ਦਾ ਕਿਤੇ ਵੀ ਤਕਰਾਰ ਨਹੀਂ ਹੈ ਇੱਕ ਸਾਡੇ ਲੋਕ ਜਿਹੜੇ ਬਹਾਦਰਗੜ੍ਹ ਤੋਂ ਪੰਜਾਬ ਨੂੰ ਟ੍ਰੇਨ ਜਾਂਦੀ ਹੈ ਬਠਿੰਡੇ ਵੱਲ ਨੂੰ ਜਾਂ ਜਿੰਨੇ ਵੀ ਪੰਜਾਬ ਦੂਰ ਆ ਕੁਝ ਲੋਕ ਉੱਥੇ ਕਹਿੰਦੇ ਵੀ ਅਸੀਂ ਜਥੇਬੰਦੀਆਂ ਦੇ ਜਾਂ ਕਿਸਾਨ ਅਸੀਂ ਟਿਕਟ ਨਹੀਂ ਦੇਣੀ 100 ਰੁਪਏ ਦੀ ਟਿਕਟ ਦੀ ਗੱਲ ਹੈ ਜੇ ਆਪਾਂ ਟਿਕਟ ਨਹੀਂ ਲਵਾਂਗੇ ਤਾਂ ਉਹ ਸੈਂਟਰ ਸਰਕਾਰ ਕਹਿੰਦੀ ਅਸੀਂ ਰੇਲ ਬੰਦ ਕਰ ਦਾਂਗੇ
ਤਾਂ ਜੇ ਰੇਲ ਬੰਦ ਹੋ ਗਈ ਤਾਂ ਜਿਹੜੇ ਲੋਕ ਆਪਣੇ ਰੋਜ਼ ਟ੍ਰੇਨਾਂ ਨਾਲ ਬੜੇ ਸੌਖੇ ਢੰਗ ਨਾਲ ਆ ਰਹੇ ਆ ਤੇ ਜਾ ਰਹੇ ਆ ਉਹ ਟ੍ਰੇਨ ਜੇ ਬੰਦ ਹੋ ਗਈ ਤਾਂ ਆਪਣਾ ਆਉਣਾ ਜਾਣਾ ਘੱਟ ਜੂਗਾ। 100 ਰੁਪਏ ਦੀ ਕੋਈ ਵੱਡੀ ਚੀਜ਼ ਨਹੀਂ, ਆਪਾਂ ਟ੍ਰੇਨ ਦੀ ਟਿਕਟ ਲਈਏ ਨਹੀਂ ਤਾਂ ਇਹਨਾਂ ਨੂੰ ਬਹਾਨਾ ਮਿਲ ਜਾਣਾ ਟ੍ਰੇਨ ਬੰਦ ਕਰਨ ਦਾ ਤੇ ਆਪਣੀ ਆਵਾਜਾਈ ਬੰਦ ਹੋ ਜੂਗੀ ਕਿਉਂਕਿ ਟਰਾਲੀਆਂ ਤੇ ਕਈ ਘੰਟੇ ਲੱਗ ਜਾਂਦੇ, ਟ੍ਰੇਨ 'ਚ ਆਪਾਂ ਸਵੇਰੇ ਚੜ ਕੇ 2-4-5 ਘੰਟੇ 'ਚ ਪਹੁੰਚ ਜਾਂਦੇ ਹਾਂ। ਸੋ ਟ੍ਰੇਨ ਨਾ ਬੰਦ ਹੋਣ ਦੀ ਇਹ ਪੈਸੰਜਰ ਤੇ ਇੱਕ ਅਫਵਾਹਾਂ ਤੋਂ ਬਚੀਏ। ਬਾਕੀ ਰਸੋਈ ਵਾਲੀਆਂ ਗੱਲਾਂ ਤੇ ਡਾਕਟਰ ਸਾਹਿਬ ਨੇ ਗੱਲਾਂ ਦੱਸੀਆਂ ਉਹਦੇ ਤੇ ਗੌਰ ਅੱਜ ਹੀ ਹੋਣੀ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ। ਬਾਕੀ ਇੱਥੇ ਸ਼ਾਂਤੀ ਹੈ, ਕਿਸੇ ਅਫਵਾਹ 'ਚ ਨਾ ਪਿਓ, ਬਾਹਰਲੇ ਭਰਾ ਵੀ ਦੱਸ ਜਾਣ। ਬਸ ਜੀ, ਬਸ ਆਹੀ ਬੇਨਤੀ ਅਸੀਂ, ਬਹੁਤ ਬਹੁਤ ਆਦਰ ਸਤਿਕਾਰ, ਸਤਿ ਸ੍ਰੀ ਅਕਾਲ।